ਤਰਨਤਾਰਨ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ ਗੁਪਤ ਸੂਚਨਾ ਦੇ ਆਧਾਰ ਤੇ ਬਾਈਪਾਸ ਚਬਾਰ ਰੋਡ ਤੇ ਕੀਤੀ ਗਈ ਨਾਕਾਬੰਦੀ ਦੌਰਾਨ ਦੋ ਮੋਟਰਸਾਈਕਲ ਤੇ ਸਵਾਰਾਂ ਨੂੰ ਰੋਕ ਕੇ ਜਾਂਚ ਕੀਤੀ ਗਈ। ਹੀਰੋ ਹਾਂਡਾ ਸਪਲੈਂਡਰ ਤੇ ਇੱਕ ਹੋਰ ਮੋਟਰਸਾਈਕਲ ਚੋਰੀ ਦਾ ਬਰਾਮਦ ਹੋਇਆ। ਇਹਨਾਂ ਦੋਵੇਂ ਆਰੋਪੀਆਂ ਗੋਪੀ ਤੇ ਰਾਜੂ ਕੋਲੋਂ ਚੋਰੀ ਦੇ ਦੋ ਮੋਟਰਸਾਈਕਲ, ਇੱਕ ਟਰੈਕਟਰ ਤੇ ਇੱਕ ਟਰਾਲੀ ਬਰਾਮਦ ਹੋਈ। ਇਸ ਸੰਬੰਧੀ ਥਾਣਾ ਮੁਖੀ ਅਮਨਦੀਪ ਸਿੰਘ ਨੇ ਦੱਸਿਆ ਕਿ ਇਹਨਾਂ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ। ਜੀ, ਮਾਨਯੋਗ SSP ਸ਼੍ਰੀ ਕੁਲਦੀਪ ਸਿੰਘ ਚਾਲ IPS ਤੇ DSP ਤਰਨ ਤਾਰਨ ਸੁੱਚਾ ਸਿੰਘ ਬਲ ਦੀਆਂ ਹਦਾਇਤਾਂ ਦੇ ਅਨੁਸਾਰ ਮਾੜੇ ਅਨਸਰਾਂ ਨੂੰ ਦੀ ਤਲਾਸ਼ ਦੇ ਵਿੱਚ ASI ਮੇਜਰ ਸਿੰਘ ਤਲਾਸ਼ ਦੇ ਵਿੱਚ ਬਾਹਰ ਸੀ। ਉਹਨੂੰ ਮੁਖਬਰ ਖਾਸ ਨੇ ਆ ਕੇ ਤਲਾਹ ਦਿੱਤੀ ਵੀ ਰਜਿੰਦਰ ਸਿੰਘ ਰਾਜੂ ਅਤੇ ਗੁਰਪ੍ਰੀਤ ਸਿੰਘ ਗੋਪੀ ਇਹ ਚੋਰੀ ਦੇ ਮੋਟਰਸਾਈਕਲ 'ਤੇ ਆਉਂਦੇ ਆ। ਜੇ ਇਹਨਾਂ ਨੂੰ ਚੈੱਕ ਕੀਤਾ ਜਾਏਗਾ ਤਾਂ ਤੁਹਾਡੇ ਕੋਲ ਹੋਰ ਵੀ ਬਰਾਮਦਗੀਆਂ ਹੋ ਸਕਦੀਆਂ ਨੇ। ASI ਮੇਜਰ ਸਿੰਘ ਨੇ ਨਾਕਾ ਲਗਾ ਕੇ ਇਹਨਾਂ ਚੈੱਕ ਕੀਤਾ, ਇਹਨਾਂ ਨੂੰ ਕਾਗਜ਼ਾਂ ਦੇ ਬਾਰੇ ਪੁੱਛਿਆ, ਜਿਨ੍ਹਾਂ ਕੋਲ ਕੋਈ ਵੀ ਆਪਣਾ ਕਾਗਜ਼ ਪ੍ਰੋਡਿਊਸ ਨਹੀਂ ਕਰ ਸਕੇ। ਅਤੇ ਜਦੋਂ ਮੋਟਰਸਾਈਕਲ ਚੈੱਕ ਕੀਤਾ ਤਾਂ ਕਚਹਿਰੀ ਤੋਂ ਚੋਰੀ ਹੋਇਆ ਮੋਟਰਸਾਈਕਲ ਸੀ ਉਹ ਨਿਕਲਿਆ। ਫਿਰ ਇਹਨਾਂ ਦੀ ਹੋਰ ਪੁੱਛਗਿੱਛ 'ਤੇ ਦੋ ਮੋਟਰਸਾਈਕਲ, ਇੱਕ ਪਲਟੀਨਾ ਅਤੇ ਇੱਕ ਹੀਰੋ ਹਾਂਡਾ ਅਤੇ ਇੱਕ ਟਰੈਕਟਰ ਟਰਾਲੀ ਬਰਾਮਦ ਕੀਤੇ ਆ। ਇਹਦੇ 'ਚ ਮੁਕੱਦਮਾ ਨੰਬਰ 45 ਦਰਜ ਕਰਕੇ ਅਤੇ ਇਹਨਾਂ ਨੂੰ ਕੋਰਟ 'ਚ ਪੇਸ਼ ਕੀਤਾ ਜਾ ਰਿਹਾ। ਪਹਿਲਾਂ ਵੀ ਹੈਗੇ ਇਹਨਾਂ ਦੇ ਚੋਰੀਆਂ ਮੁਕੱਦਮਾ।